ਸ਼੍ਰੀ ਗੁਰੂ ਰਵਿਦਾਸ ਚੰਦ ਸਮਾਨ ਕਾਮਿਕ ਕੈਰੀਟੇਬਲ ਟਰੱਸਟ ਦੇ ਸਾਰੇ ਸੇਵਾਦਾਰਾਂ ਵੱਲੋਂ ਮੇਰੇ ਤੇ ਸਾਰੇ ਸੇਵਾਦਾਰਾਂ ਦਿੱਲੀਆਂ ਮੰਗੇ ਰਾਜਾਂ ਤੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਅੱਜ ਮੁੱਖ ਮੰਤਰੀ ਸਾਹਿਬ ਸਤਿਗੁਰ ਜੀ ਦੇ ਚਰਨਾਂ ਪਾਸੋਂ ਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਡੇਰਾ ਸ਼੍ਰੀ ਅਕਾਲ ਜੀ ਸਤਿਗੁਰ ਬੰਦਾਂ ਦੇ ਮਹਾਂਪੁਰਸ਼ਾਂ ਦੇ ਹੁਕਮਾਂ ਦੇ ਅਨੁਸਾਰ ਕੁਝ ਸਮਾਂ ਪਹਿਲਾਂ ਚਰਨਜੀਤ ਜੀ ਪੰਜਾਬ ਕਾਂਗਰਸ ਪ੍ਰਧਾਨ ਪੰਜਾਬ ਦੇ